ਰੋਪੜ ਵਿੱਚ ਡੀਸੀ ਰੂਪਨਗਰ ਮੈਡਮ ਪ੍ਰੀਤੀ ਯਾਦਵ ਵੱਲੋਂ ਲਹਿਰਾਇਆ ਗਿਆ 75ਵੇਂ ਸੁਤੰਤਰਤਾ ਦਿਵਸ ਤੇ ਕੌਮੀ ਝੰਡਾ। ਇਸ ਮੌਕੇ ਦੇ ਨਾਲ ਐਸਐਸਪੀ ਰੂਪਨਗਰ ਡਾਕਟਰ ਸੰਦੀਪ ਗਰਗ ਵੀ ਹਾਜ਼ਰ ਸਨ। ਇਸ ਮੌਕੇ ਤੇ ਪੰਜਾਬ ਪੁਲਿਸ, ਪੰਜਾਬ ਮਹਿਲਾ, ਪੰਜਾਬ ਹੋਮ ਗਾਰਡ, ਐਨਸੀਸੀ, ਐਨਐਸਐਸ ਦੀਆਂ ਟੁਕੜੀਆਂ ਵੱਲੋਂ ਸਲਾਮੀ ਦਿੱਤੀ ਗਈ। सब तो पहली टुकड़ी पंजाब पुलिस पलटून कमांडर सब इंस्पेक्टर अमनदीप सिंह। ਹਰਿਆਲੀ
ਸ੍ਰੀ ਅਰਵਿੰਦਰਪਾਲ ਸਿੰਘ ਜੀ ਵੱਲੋਂ ਆਪਣੇ ਡਿਊਟੀ ਪੂਰੀ ਮਿਹਨਤ ਲਗਨ ਤੇ ਜ਼ਿੰਮੇਵਾਰੀ ਨਾਲ ਕੀਤਾ ਸੀਗਾ ਜੋ ਵੀ ਇਹਨਾਂ ਨੂੰ ਕੰਮ ਸੌਂਪਿਆ ਸਰ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਇੱਥੇ ਆ ਜਾਓ ਕਰਦੇ ਹਨ ਡਿਫੈਂਸ ਵਿੱਚ ਰਹਿ ਚੁੱਕੇ ਨੇ ਤੇ ਹੁਣ ਪੀਸੀਐਸ ਸਬਰ ਟ੍ਰੇਨਿੰਗ ਦੇ ਰੈਂਕ ਹਾਸਲ ਕੀਤਾ ਹੈ 294 ਸਰ ਸਰ ਸਾਹਮਣੇ ਦੇਖ ਕੇ ਬਹੁਤ ਮੁਬਾਰਕਾਂ ਸਾਹਮਣੇ ਜੀ ਮੈਂ ਜਸਲੀਨ ਕੌਰ ਜੀ ਹਾਂਜੀ ਸਰ ਸਾਹਮਣੇ ਜੀ ਇਹ ਕਰਮਚਾਰੀ ਵੱਲੋਂ ਬਹੁਤ ਹੀ ਇਮਾਨਦਾਰੀ ਤੇ ਮਿਹਨਤ ਦੀ ਗੱਲ ਹੈ ਉਸ ਤੋਂ ਬਾਅਦ ਮੈਂ ਇੱਕ ਜਾਂਦਾ ਸ਼੍ਰੀ ਮਨਦੀਪ ਸਿੰਘ ਜੀ ਸਫਾਈ ਸੇਵਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰਾਵਿੰਦਰ ਸਿੰਘ ਜੀ ਆਰਸੀਆਈ ਸਟਾਫ ਤੋਂ ਹਾਂਜੀ ਸਰ ਸਰ ਸਾਹਮਣੇ ਦੇਖਿਓ ਜੀ ਹਾਂਜੀ ਸਰ ਸਾਹਮਣੇ ਹਾਂਜੀ ਸਰ ਗੁਰਪ੍ਰੀਤ ਕੌਰ ਜੀ ਨੰਬਰ 431 ਹਾਂਜੀ ਸਰ ਸਾਹਮਣੇ ਵਿਚਕਾਰ ਆ ਜਾਣ ਹਾਂਜੀ ਮੈਮ राष्ट्रीय गायन तो बाद एक रिले रेस से टकराव होगी। रोपड़ तो पुलकित कुमार की रिपोर्ट।